Display counter using Arduino ਤੇ spoken tutorial ਵਿੱਚ ਤੁਹਾਡਾ ਸਵਾਗਤ ਹੈ। ਇਸ tutorial ਵਿੱਚ ਅਸੀਂ LCD ਅਤੇ push button ਨੂੰ Arduino board ਨਾਲ ਜੋੜਨਾ ਅਤੇ ਜਦੋਂ ਵੀ push button ਦੱਬਿਆ ਹੋਵੇ ਤਾਂ count ਨੂੰ ਵਧਾਉਣ ਦੇ ਲਈ program ਲਿਖਣਾ ਸਿੱਖਾਂਗੇ। ਇਸ tutorial ਦੀ ਪਾਲਣਾ ਕਰਨ ਦੇ ਲਈ ਤੁਹਾਡੇ ਕੋਲ electronic ਦਾ ਮੁੱਢਲਾ ਗਿਆਨ ਅਤੇ C ਜਾਂ C++ ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ। ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ Arduino UNO ਬੋਰਡ, Ubuntu Linux 14.04 ਆਪਰੇਟਿੰਗ ਸਿਸਟਮ ਅਤੇ Arduino IDE ਦੀ ਵਰਤੋਂ ਕਰ ਰਿਹਾ ਹਾਂ। ਇਸ ਸ਼੍ਰੇਣੀ ਵਿੱਚ ਪਹਿਲਾਂ ਦੇ ਇੱਕ ਟਿਊਟੋਰੀਅਲ ਵਿੱਚ ਅਸੀਂ Arduino ਅਤੇ LED ਦੀ ਵਰਤੋਂ ਕਰਕੇ ਸਰਕਿਟ ਬਣਾਇਆ ਸੀ। ਅਸੀਂ ਇਸ ਟਿਊਟੋਰੀਅਲ ਵਿੱਚ ਉਸੇ ਸਰਕਿਟ ਦੀ ਵਰਤੋਂ ਕਰਾਂਗੇ। ਇੱਥੇ ਅਸੀਂ ਪੁਸ਼ ਬਟਨ ਜੋੜਾਂਗੇ ਅਤੇ ਆਸਾਨ ਕਾਊਂਟਰ ਬਣਾਵਾਂਗੇ। ਅਸੀਂ ਪਹਿਲਾਂ ਦੇ ਟਿਊਟੋਰੀਅਲ ਵਿੱਚ ਪੁਸ਼ ਬਟਨ ਦੇ ਕੰਮ ਦੇ ਬਾਰੇ ਵਿੱਚ ਸਿੱਖਿਆ ਹੈ। ਹੁਣ ਕਨੈਕਸ਼ਨ ਸਰਕਿਟ ਨੂੰ ਪੂਰਨ ਰੂਪ ਨਾਲ ਜਾਣਦੇ ਹਾਂ। ਪੁਸ਼ ਬਟਨ 100 OHM ਰਜਿਸਟਰ ਨਾਲ ਜੁੜਿਆ ਹੈ। ਪੁਸ਼ ਬਟਨ ਪਿੰਨ ਨੰਬਰ 7 ਨਾਲ ਜੁੜਿਆ ਹੈ ਅਤੇ 100 OHM ਰਜਿਸਟਰ ਗਰਾਊਂਡ ਨਾਲ ਜੁੜਿਆ ਹੈ। ਹੋਰ ਸਾਰੇ ਕਨੈਕਸ਼ਨ ਬਿਲਕੁਲ ਸਾਡੇ ਪਿਛਲੇ ਪ੍ਰਯੋਗ ਦੀ ਤਰ੍ਹਾਂ ਹੀ ਹਨ। ਇਹ ਕਨੈਕਸ਼ਨ ਦਾ ਲਾਈਵ ਸੈਟਅਪ ਹੈ ਜਿਵੇਂ ਕਿ ਸਰਕਿਟ ਡਾਇਗ੍ਰਾਮ ਵਿੱਚ ਦਿਖਾਇਆ ਗਿਆ ਹੈ। ਹੁਣ ਅਸੀਂ Arduino IDE ਵਿੱਚ ਪ੍ਰੋਗਰਾਮ ਲਿਖਾਂਗੇ ਤਾਂ Arduino IDE ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਲਿਕੁਇਡ ਕ੍ਰਿਸਟਲ ਲਾਇਬ੍ਰੇਰੀ ਨੂੰ ਸ਼ਾਮਿਲ ਕਰਨਾ ਹੋਵੇਗਾ। ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ। ਮੈਂ ਲਿਕੁਇਡ ਕ੍ਰਿਸਟਲ ਟਾਈਪ ਵੇਰੀਏਬਲ LCD ਨੂੰ ਇਨੀਸ਼ਲਾਈਜ਼ ਕੀਤਾ ਹੈ। ਇੱਥੇ ਪਿੰਨ ਨੰਬਰ 12 ਨੂੰ ਰਜਿਸਟਰ ਸਿਲੈਕਟ ਅਤੇ ਪਿੰਨ ਨੰਬਰ 11 ਨੂੰ ਐਨੇਬਲ ਦੇ ਰੂਪ ਵਿੱਚ ਇਨੀਸ਼ਲਾਈਜ਼ ਕੀਤਾ ਗਿਆ ਹੈ। ਅਗਲੇ 4 ਪੈਰਾਮੀਟਰ LCD ਦੀਆਂ ਡਾਟਾ ਲਾਈਨਸ ਨੂੰ ਦਰਸਾਉਂਦੇ ਹਨ। ਵੋਇਡ ਸੈਟਅਪ ਫੰਕਸ਼ਨ ਵਿੱਚ LCD.begin16,2 ਟਾਈਪ ਕਰੋ ਜਿਵੇਂ ਕਿ ਦਿਖਾਇਆ ਗਿਆ ਹੈ। ਇਹ ਕਮਾਂਡ ਲਾਈਨ ਅਤੇ ਕਾਲਮ ਦੇ ਨਾਲ LCD ਨੂੰ ਇਨੀਸ਼ਲਾਈਜ਼ ਕਰਦੀ ਹੈ। ਅੱਗੇ ਅਸੀਂ ਪਿੰਨ ਨੰਬਰ 7 ਨੂੰ ਇਨਪੁੱਟ ਦੇ ਰੂਪ ਵਿੱਚ ਸੈਟਅਪ ਕਰਾਂਗੇ। ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ। ਦੂਜੇ ਤਰੀਕੇ ਨਾਲ ਅਸੀਂ ਪਿੰਨ ਨੰਬਰ ਨੂੰ ਵੇਰੀਏਬਲ P ਬਟਨ ਵਿੱਚ ਸਟੋਰ ਕਰ ਸਕਦੇ ਹਾਂ। ਦਿਖਾਏ ਗਏ ਅਨੁਸਾਰ P ਬਟਨ ਵੇਰੀਏਬਲ ਨੂੰ ਪਰਿਭਾਸ਼ਿਤ ਕਰਦੇ ਹਾਂ। ਹੁਣ ਅਸੀਂ ਵੋਇਡ ਲੂਪ ਦੇ ਲਈ ਕੋਡ ਲਿਖਾਂਗੇ। ਜਦੋਂ ਵੀ ਪੁਸ਼ ਬਟਨ ਨੂੰ ਦਬਾਇਆ ਜਾਂਦਾ ਹੈ ਤਾਂ LCD ਤੇ ਕਾਊਂਟ ਵੱਧ ਜਾਂਦਾ ਹੈ। ਇਹ ਜਾਂਚਣ ਦੇ ਲਈ ਕਿ ਪੁਸ਼ ਬਟਨ ਦੱਬਿਆ ਹੋਇਆ ਹੈ ਜਾਂ ਨਹੀਂ, ਅਸੀਂ ਆਸਾਨ ਇਫ ਸਟੇਟਮੈਂਟ ਲਿਖਾਂਗੇ। ਕਾਊਂਟ ਦਿਖਾਉਣ ਤੋਂ ਪਹਿਲਾਂ ਬਟਨ ਦੀ ਸਥਿਤੀ ਦੀ ਜਾਂਚ ਕਰਦੇ ਹਾਂ। ਇਹ ਕਮਾਂਡ LCD ਵਿੱਚ ਕਰਸਰ ਦੀ ਸਥਿਤੀ ਨਿਰਧਾਰਿਤ ਕਰੇਗੀ। LCD.print ਸੁਨੇਹੇ ਨੂੰ ਪ੍ਰਿੰਟ ਕਰੇਗਾ। ਹੁਣ ਅਸੀਂ ਪ੍ਰੋਗਰਾਮ ਨੂੰ ਕੰਪਾਈਲ ਅਤੇ ਅਪਲੋਡ ਕਰਾਂਗੇ। ਹੁਣ ਮੈਂ ਪੁਸ਼ ਬਟਨ ਦਬਾਵਾਂਗਾ। ਇੱਥੇ ਅਸੀਂ LCD ਵਿੱਚ ਬਟਨ ਪ੍ਰੈਸਡ ਸੁਨੇਹਾ ਦੇਖਦੇ ਹਾਂ। ਇਹ ਦਰਸਾਉਂਦਾ ਹੈ ਕਿ ਪੁਸ਼ ਬਟਨ ਸਫਲਤਾਪੂਰਵਕ ਕੰਮ ਕਰ ਰਿਹਾ ਹੈ। ਹੁਣ ਅਸੀਂ ਕਾਊਂਟਰ ਸੈੱਟ ਕਰਨ ਦੇ ਲਈ ਪ੍ਰੋਗਰਾਮ ਨੂੰ ਸੋਧ ਕੇ ਕਰਾਂਗੇ। ਸਾਨੂੰ ਕਾਊਂਟਰ ਦੇ ਲਈ ਵੇਰੀਏਬਲ ਦੀ ਲੋੜ ਹੈ। ਹੁਣ ਅਸੀਂ 0 ਦੇ ਵੇਰੀਏਬਲ ਕਾਊਂਟ ਨੂੰ ਇਨੀਸ਼ਲਾਈਜ਼ ਕਰਾਂਗੇ। ਇੱਥੇ ਦਿਖਾਏ ਗਏ ਅਨੁਸਾਰ ਪ੍ਰਿੰਟ ਸਟੇਟਮੈਂਟ ਨੂੰ ਸੋਧ ਕੇ ਕਰੋ। ਹਰ ਵਾਰ ਬਟਨ ਨੂੰ ਦਬਾਉਣ ਤੇ ਕਾਊਂਟ +++ ਕਾਊਂਟ ਨੂੰ ਵਧਾਏਗਾ। ਹੁਣ ਪ੍ਰੋਗਰਾਮ ਨੂੰ ਕੰਪਾਈਲ ਅਤੇ ਅਪਲੋਡ ਕਰਦੇ ਹਾਂ। ਹੁਣ ਮੈਂ ਪੁਸ਼ ਬਟਨ ਦਬਾਵਾਂਗਾ। ਇਹ ਉਮੀਦ ਦੇ ਮੁਤਾਬਕ ਕੰਮ ਨਹੀਂ ਕਰਦਾ ਹੈ। ਅਸੀਂ ਇੱਥੇ ਦਿਖਾਏ ਗਏ ਵੱਖ ਵੱਖ ਕਾਊਂਟ ਵੇਖਦੇ ਹਾਂ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਬਟਨ ਦਬਾਏ ਜਾਣ ਦੀ ਸਥਿਤੀ ਨਿਰਧਾਰਿਤ ਕੀਤੀ ਹੈ, ਪਰ ਅਸੀਂ ਬਟਨ ਰਿਲੀਜ਼ ਕਰਨ ਦੀ ਸਥਿਤੀ ਦਾ ਜ਼ਿਕਰ ਨਹੀਂ ਕੀਤਾ। ਆਉਟਪੁੱਟ ਬਟਨ ਦਬਾਏ ਗਏ ਸਮੇਂ ਦੇ ਆਧਾਰ ਤੇ ਇਨਕਰੀਮੈਂਟਡ ਨੰਬਰ ਦਰਸਾਉਂਦਾ ਹੈ। ਇਸ ਲਈ ਇੱਥੇ ਦਿਖਾਏ ਗਏ ਅਨੁਸਾਰ ਅਸੀਂ ਵਾਇਲ ਸਟੇਟਮੈਂਟ ਲਿਖਾਂਗੇ।
ਇਹ ਕਾਊਂਟ ਨੂੰ ਉਸ ਸਮੇਂ ਦਿਖਾਏਗਾ ਜਦੋਂ ਪੁਸ਼ ਬਟਨ ਦਬਾਈ ਗਈ ਸਥਿਤੀ ਵਿੱਚ ਹੋਵੇ। ਇਸ ਦਾ ਮਤਲਬ ਹੈ ਕਿ ਪਿੰਨ 7 ਹਾਈ ਮੋਡ ਵਿੱਚ ਹੈ। ਜਦੋਂ ਤੁਸੀਂ ਬਟਨ ਨੂੰ ਰਿਲੀਜ਼ ਕਰਦੇ ਹੋ ਤਾਂ ਸਥਿਤੀ ਲੋਅ ਹੁੰਦੀ ਹੈ ਅਤੇ ਇਹ ਵਾਈਲ ਲੂਪ ਦੇ ਬਾਹਰ ਆਵੇਗਾ। ਮੈਂ ਪ੍ਰੋਗਰਾਮ ਸਮਝਾਉਂਦਾ ਹਾਂ। ਪ੍ਰੋਗਰਾਮ ਐਲਸੀਡੀ ਦੇ ਇਨੀਸ਼ੀਅਲਾਈਜ਼ੇਸ਼ਨ ਦੇ ਨਾਲ ਸ਼ੁਰੂ ਹੁੰਦਾ ਹੈ। ਸਾਡੇ ਕੋਲ ਵੇਰੀਏਬਲ ਪੀ ਬਟਨ ਅਤੇ ਕਾਊਂਟ ਹੈ। ਵੋਇਡ ਸੈਟਅਪ ਫੰਕਸ਼ਨ ਦੇ ਅੰਦਰ ਅਸੀਂ 16 ਕਾਲਮ ਅਤੇ 2 ਲਾਈਨਾਂ ਵਾਲੇ ਐਲਸੀਡੀ ਨੂੰ ਇਨੀਸ਼ੀਅਲਾਈਜ਼ ਕੀਤਾ ਹੈ। ਇਸ ਲਈ ਪਿੰਨ ਮੋਡ ਪਿੰਨ ਨੰਬਰ 7 ਦੇ ਲਈ ਇਨਪੁੱਟ ਹੈ। ਵੋਇਡ ਲੂਪ ਫੰਕਸ਼ਨ ਵਿੱਚ ਅਸੀਂ ਇਸ ਸਥਿਤੀ ਦੀ ਜਾਂਚ ਕਰ ਰਹੇ ਹਾਂ ਕਿ ਪੁਸ਼ ਬਟਨ ਹਾਈ ਹੈ ਜਾਂ ਨਹੀਂ। ਜਦੋਂ ਪੁਸ਼ ਬਟਨ ਦਬਾਇਆ ਜਾਂਦਾ ਹੈ ਤਾਂ ਕਰਸਰ 0,0 ਤੇ ਸਥਿਤ ਹੁੰਦਾ ਹੈ। lcd.print ਸਟੇਟਮੈਂਟ ਕਾਊਂਟ ਵੈਲਿਊ ਨੂੰ ਪ੍ਰਿੰਟ ਕਰੇਗੀ। ਸ਼ੁਰੂਆਤ ਵਿੱਚ ਕਾਊਂਟ 0 ਹੈ, ਕਾਊਂਟ ਪਲੱਸ ਪਲੱਸ 1 ਹੋਵੇਗਾ। ਜਦੋਂ ਬਟਨ ਨੂੰ ਛੱਡਿਆ ਜਾਂਦਾ ਹੈ ਤਾਂ ਇਹ ਵਾਈਲ ਲੂਪ ਨੂੰ ਬ੍ਰੇਕ ਕਰੇਗਾ ਅਤੇ ਲੂਪ ਤੋਂ ਬਾਹਰ ਆ ਜਾਵੇਗਾ। ਫਿਰ ਜੇਕਰ ਤੁਸੀਂ ਬਟਨ ਦਬਾਉਂਦੇ ਹੋ ਤਾਂ ਅਗਲਾ ਇਟਰੇਸ਼ਨ ਸ਼ੁਰੂ ਹੁੰਦਾ ਹੈ ਅਤੇ ਇਹ ਕਾਊਂਟ ਨੂੰ ਵਧਾਉਂਦਾ ਹੈ। ਪ੍ਰੋਗਰਾਮ ਨੂੰ ਕੰਪਾਈਲ ਅਤੇ ਅਪਲੋਡ ਕਰਦੇ ਹਾਂ। ਹੁਣ ਮੈਂ ਬਟਨ ਨੂੰ ਇੱਕ ਵਾਰ ਦਬਾਵਾਂਗਾ ਅਤੇ ਉਸਨੂੰ ਛੱਡ ਦੇਵਾਂਗਾ। ਫਿਰ ਤੋਂ ਮੈਂ ਬਟਨ ਨੂੰ ਦਬਾਵਾਂਗਾ ਅਤੇ ਛੱਡ ਦੇਵਾਂਗਾ। ਤੁਸੀਂ ਵੇਖ ਸਕਦੇ ਹੋ ਕਿ ਜਦੋਂ ਵੀ ਬਟਨ ਦਬਾਇਆ ਜਾਂਦਾ ਹੈ ਤਾਂ ਕਾਊਂਟ ਵੱਧ ਜਾਂਦਾ ਹੈ। ਇਸ ਦੇ ਨਾਲ ਅਸੀਂ ਇਸ ਟਿਊਟੋਰੀਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ, ਇਸ ਟਿਊਟੋਰੀਅਲ ਵਿੱਚ ਅਸੀਂ ਐਲਸੀਡੀ ਅਤੇ ਪੁਸ਼ ਬਟਨ ਨੂੰ ਆਰਡੀਨੋ ਬੋਰਡ ਨਾਲ ਜੋੜਨਾ ਅਤੇ ਜਦੋਂ ਵੀ ਪੁਸ਼ ਬਟਨ ਦਬਾਇਆ ਜਾਂਦਾ ਹੈ ਤਾਂ ਕਾਊਂਟ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਿਆ। ਹੇਠ ਲਿਖੇ ਨਿਰਧਾਰਿਤ ਕੰਮ ਨੂੰ ਕਰੋ। ਕਾਊਂਟ ਨੂੰ 2, 4, 6 ਅਤੇ ਅੱਗੇ ਇਸੇ ਤਰ੍ਹਾਂ ਦਿਖਾਉਣ ਦੇ ਸਮਾਨ ਪ੍ਰੋਗਰਾਮ ਨੂੰ ਬਦਲੋ। ਪ੍ਰੋਗਰਾਮ ਨੂੰ ਕੰਪਾਈਲ ਅਤੇ ਅਪਲੋਡ ਕਰੋ। ਐਲਸੀਡੀ ਵਿੱਚ ਦਿਖਾਈ ਦੇ ਰਹੇ ਕਾਊਂਟ ਨੂੰ ਧਿਆਨ ਨਾਲ ਵੇਖੋ। ਹੇਠ ਲਿਖੇ ਲਿੰਕ ਤੇ ਮੌਜੂਦ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸ ਨੂੰ ਡਾਊਨਲੋਡ ਕਰੋ ਅਤੇ ਦੇਖੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮਸ ਵਰਕਸ਼ਾਪਸ ਚਲਾਉਂਦੀਆਂ ਹਨ ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਸਾਨੂੰ ਲਿਖੋ। ਕਿਰਪਾ ਕਰਕੇ ਇਸ ਫੋਰਮ ਤੇ ਆਪਣੇ ਸਮੇਂਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT MHRD ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ਤੇ ਉਪਲਬਧ ਹੈ। ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।